ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ MRPD ਸਰਕਾਰੀ ਕਾਲਜ ਤਲਵਾੜਾ ਦੇ ਗੈਸਟ ਫੈਕਲਟੀ ਦੇ ਪ੍ਰੋਫੈਸਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਸਹਾਇਕ ਪ੍ਰੋਫੈਸਰਾਂ ਨੇ ਕਾਲਜ ਦੇ ਬਾਹਰ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦੀ ਅਰਥੀ ਫੂਕ ਕੇ ਰੋਸ ਜ਼ਾਹਿਰ ਕੀਤਾ। ਪ੍ਰੋਫੈਸਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਸਾਰੇ ਸਹਾਇਕ ਪ੍ਰੋਫੈਸਰਾਂ ਨੂੰ ਬਿਨਾਂ ਸ਼ਰਤ ਪੱਕਾ ਕਰੇ ਅਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਸੰਘਰਸ਼ ਕਰਦੇ ਰਹਿਣਗੇ। ਤਲਵਾੜਾ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪੜ ਦੀ ਵਿਸ਼ੇਸ਼ ਰਿਪੋਰਟ। ਯਹਾਂ ਪਰ ਮੈਂ ਆਪਣੇ ਦੋਸਤੋਂ ਕੇ ਸਾਥ ਖੜੀ ਹੂੰ ਕਿਉਂਕਿ ਪਿਛਲੇ 17 ਸਾਲੋਂ ਸੇ ਹਮਾਰੇ ਕਈ ਦੋਸਤ ਕਈ ਗੈਸਟ ਫੈਕਲਟੀ ਲੈਕਚਰਰ ਐਸੇ ਹੈ ਜਿਨ੍ਹੋਂਨੇ ਆਪਣਾ ਸਾਰਾ ਜੀਵਨ ਆਪਣੀ ਜਵਾਨੀ ਤੱਕ ਇਨ ਕਾਲਜਸ ਕੋ ਦੇ ਦੀ ਹੈ, ਲੇਕਿਨ ਆਜ ਸਰਕਾਰ ਕਹਿ ਰਹੀ ਹੈ ਕਿ ਆਪ ਲੋਕ ਕਿਸੀ ਇਸ ਲਾਇਕ ਹੋ ਹੀ ਨਹੀਂ। ਕਿਆ ਇਤਨੇ ਸਾਲੋ ਸੇ ਜੋ ਪੜ੍ਹਾਤੇ ਰਹੇ ਤਬ ਉਹਨੇ ਹਮਾਰਾ ਲਾਇਕ ਹੋਣਾ ਸਮਝ ਨਹੀਂ ਆਈ ਥੀ? ਆਜ ਵੋ ਕਹਿ ਰਹੇ ਹੈ ਕਿ ਨਹੀਂ ਹਮ PPSC ਕੇ ਥਰੂ ਨਹੀਂ ਭਰਤੀ ਕਰੇਂਗੇ। ਤੋ ਮੇਰੇ ਇਤਨੇ ਜੋ 1011 ਜੋ ਮੇਰੇ ਦੋਸਤ ਹੈ ਮੇਰੇ ਸਾਥੀ ਹੈ ਉਨਕੇ ਭਵਿਸ਼ਯ ਕਾ ਕਿਆ, ਉਨਕੇ ਬਾਰੇ ਮੈਂ ਕੌਣ ਸੋਚੇਗਾ? ਹਮਨੇ ਇਤਨੇ ਸਾਲੋ ਸੇ ਪੰਜਾਬ ਕੇ 48 ਕਾਲਜੋ ਮੇ ਸੇ ਕਈ ਬੱਚੇ ਪੜ੍ਹ ਕਰ ਕਹਾਂ ਕੇ ਕਹਾਂ ਪਹੁੰਚ ਗਏ ਹੈ, ਲੇਕਿਨ ਹਮ ਦੇਖੀਏ ਅਭੀ ਵੀ ਜ਼ਮੀਨ ਪਰ ਹੀ ਬੈਠੇ ਹੈ। ਔਰ ਹਮ ਇਹ ਸੰਘਰਸ਼ ਤਬ ਤੱਕ ਜਾਰੀ ਰੱਖੇਂਗੇ ਜਬ ਤੱਕ ਕਿ ਪੰਜਾਬ ਸਰਕਾਰ ਹਮਾਰੀ ਮੰਗੇ ਹੈ ਜੋ ਉਹਨੇ ਪੂਰਾ ਨਹੀਂ ਕਰਤੀ। ਉਸ ਦਾ ਕਾਰਨ ਇਹ ਹੈ ਕਿ ਆਪਾਂ ਪਿਛਲੇ 15-16-17 ਸਾਲਾਂ ਤੋਂ ਇੱਥੇ ਪੜ੍ਹਾ ਰਹੇ ਹਾਂ, ਪਰ ਹੁਣ ਕੈਪਟਨ ਸਰਕਾਰ ਨੇ 19 ਤਰੀਕ ਨੂੰ ਇੱਕ ਚਿੱਠੀ ਕੱਢੀ ਹੈ ਜਿਹਦੇ ਮੁਤਾਬਕ ਚਾਰ ਉਹਨਾਂ ਨੇ ਸ਼ਰਤਾਂ ਇੱਦਾਂ ਦੀਆਂ ਰੱਖੀਆਂ ਜਿਹਦੇ ਵਿੱਚ ਸਾਡੇ ਵਿੱਚੋਂ ਸ਼ਾਇਦ ਕੋਈ ਵੀ ਜਿਹੜਾ ਗੈਸਟ ਫੈਕਲਟੀ ਆ ਚ ਨਹੀਂ ਆਊਗਾ। ਹੁਣ ਆਪਾਂ ਇਸੇ ਲਈ ਉਹਦਾ ਪੁਤਲਾ ਫੂਕਿਆ ਆ ਕਿ ਉਹ ਸਾਡੀਆਂ ਮੰਗਾਂ ਪੂਰੀ ਕਰੇ ਤੇ ਬਿਨਾਂ ਸ਼ਰਤ ਸਾਡੇ ਸਾਰੇ ਸਾਥੀਆਂ ਨੂੰ ਪੱਕਾ ਕਰੇ। ਗੱਲ ਕਰੀਏ ਕਿ ਕੈਪਟਨ ਸਾਹਿਬ ਨੇ ਕੱਲ ਦਾ ਵਾਅਦਾ ਕੀਤਾ 16 ਤਰੀਕ ਨੂੰ, ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ? ਕੈਪਟਨ ਸਰਕਾਰ ਦਾ ਤੁਹਾਨੂੰ ਪਤਾ ਹੀ ਹੈ, ਪਹਿਲਾਂ ਟੀਚਰਾਂ ਦਾ ਵੀ ਉਹਨੇ ਵਾਅਦਾ ਕੀਤਾ ਸੀ ਪਰ ਉਹਨੇ ਉਹ ਵਾਅਦਾ ਪੂਰਾ ਨਹੀਂ ਕੀਤਾ ਔਰ ਜ਼ਬਰਦਸਤੀ ਟੀਚਰ ਕਿੰਨੇ ਦਿਨ ਤੱਕ ਉੱਥੇ ਧਰਨੇ ਤੇ ਬੈਠੇ ਰਹੇ, ਉਸ ਦੇ ਬਾਵਜੂਦ ਵੀ ਉਹਨਾਂ ਦੀਆਂ ਤਨਖਾਹਾਂ ਘਟਾ ਕੇ ਜ਼ਬਰਦਸਤੀ ਬਦਲੀਆਂ ਕਰਵਾ ਕੇ ਕੈਪਟਨ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਬਿਲਕੁਲ ਤਾਨਾਸ਼ਾਹ ਦੇ ਤਰੀਕੇ ਨਾਲ, ਔਰ ਇਸ ਕਰਕੇ ਸਾਨੂੰ ਉਹਦੇ ਵਾਅਦਿਆਂ ਤੇ ਕੋਈ ਭਰੋਸਾ ਨਹੀਂ ਹੈਗਾ ਜਦ ਤੱਕ ਉਹ ਚੀਜ਼ ਲਾਗੂ ਨਹੀਂ ਕਰਦਾ।